ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ ਆਪ ਸਭ ਦਾ ਕਰਦਾ ਹਾਂ ਹਾਰਦਿਕ ਸਵਾਗਤ। ਗੁਰਗਿਆਨ ਸਮੁੰਦਰ ਸੀਰੀਜ਼ ਪਿਛਲੇ ਕੁਝ ਮਹੀਨਿਆਂ ਤੋਂ ਤੁਹਾਡੇ ਨਾਲ ਉਸਦੀ ਸਾਂਝ ਪਾਈ ਜਾ ਰਹੀ ਹੈ, ਜਿਸ ਵਿੱਚ ਕਿ ਲੜੀਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਸਾਨੂੰ ਉਪਦੇਸ਼ ਮਿਲਦਾ ਹੈ ਉਸ ਦੀ ਵਿਆਖਿਆ ਕਰ ਰਹੇ ਨੇ ਭਾਈ ਰਾਮ ਸਿੰਘ ਜੀ। ਭਾਈ ਰਾਮ ਸਿੰਘ ਜੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਾ ਕੇ ਖਾਸ ਤੌਰ ਉੱਤੇ ਫੋਕਸ ਕਰਕੇ ਕਿ ਰੋਜ਼ਮਰਾ ਜ਼ਿੰਦਗੀ ਨਾਲ ਕਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰੇਰਣਾ ਲੈਣੀ ਹੈ ਉਹ ਲੈ ਕੇ ਸਾਡੇ ਕੋਲ ਇੱਥੇ ਆਉਂਦੇ ਨੇ ਅਤੇ ਤੁਹਾਡੇ ਤੱਕ ਹੀ ਮੈਸੇਜ ਪਹੁੰਚਾਉਂਦੇ ਨੇ। ਸਾਨੂੰ ਬੜਾ ਮਾਣ ਹੈ ਕਿ ਤੁਹਾਡੇ ਸਹਿਯੋਗ ਨਾਲ ਬਹੁਤ ਸੋਹਣਾ ਸਾਨੂੰ ਫੀਡਬੈਕ ਮਿਲ ਰਿਹਾ ਅਤੇ ਤੁਹਾਨੂੰ ਇਹ ਚੀਜ਼ਾਂ ਪਸੰਦ ਆ ਰਹੀਆਂ ਨੇ, ਕਿਉਂਕਿ ਸਾਡਾ ਮਕਸਦ ਹੈਗਾ ਕਿ ਅਸੀਂ ਆਪਣੇ ਗੁਰੂ ਨੂੰ ਜਾਣ ਸਕੀਏ, ਗੁਰੂ ਨਾਲ ਜੁੜ ਸਕੀਏ ਅਤੇ ਆਪਣੇ ਜੀਵਨ ਵਿੱਚ ਪਰਿਵਰਤਨ ਲਿਆ ਸਕੀਏ। ਇਸ ਸੀਰੀਜ਼ ਵਿੱਚ ਆਓ ਮੁੜ ਤੋਂ ਤੁਹਾਨੂੰ ਜੋੜਦੇ ਹਾਂ ਅਤੇ ਭਾਈ ਸਾਹਿਬ ਤੋਂ ਹੋਰ ਜਾਣਕਾਰੀ ਲੈਂਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਗਲੀ ਪੌੜੀ ਦੇ ਵਿੱਚ ਸਾਨੂੰ ਕੀ ਗੁਰੂ ਸਾਹਿਬ ਉਪਦੇਸ਼ ਕਰ ਰਹੇ ਨੇ। ਭਾਈ ਸਾਹਿਬ ਜੀ ਜੈ ਆਇਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬਹੁਤ ਧੰਨਵਾਦ ਤੁਹਾਡਾ ਜੀ, ਸਮਾਂ ਕੱਢ ਕੇ ਤੁਸੀਂ ਇੱਥੇ ਤਿਆਰੀ ਕਰਕੇ ਆਉਂਦੇ ਹੋ ਅਤੇ ਸਾਡੇ ਦਰਸ਼ਕਾਂ ਨੂੰ ਤੁਸੀਂ ਨਾਲ ਜੋੜਦੇ ਹੋ ਗੁਰੂ ਗ੍ਰੰਥ ਸਾਹਿਬ ਦੇ, ਕਿਉਂਕਿ ਜਿਸ ਗੁਰੂ ਨੂੰ ਅਸੀਂ ਨਮਸਤਕ ਹੁੰਦੇ ਹਾਂ ਸਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਉਹ ਸਾਨੂੰ ਗੁਰੂ ਕੀ ਕਹਿ ਰਿਹਾ ਹੈਗਾ। ਸੋ ਆਓ ਉਸ ਸੀਰੀਜ਼ ਵਿੱਚ ਮੁੜ ਤੋਂ ਆਪਣੇ ਦਰਸ਼ਕਾਂ ਨੂੰ ਜੋੜੀਏ ਅਤੇ ਪਿਛਲੇ ਹਫ਼ਤੇ ਜੋ ਅਸੀਂ ਗੱਲਬਾਤ ਕੀਤੀ ਸੀ ਥੋੜ੍ਹਾ ਜਿਹਾ ਉਸਨੂੰ ਟੱਚ ਕਰਕੇ ਅੱਗੇ ਚੱਲਦੇ ਸੀ। ਹਾਂਜੀ ਵੀਰ ਜੀ, ਸਭ ਤੋਂ ਪਹਿਲਾਂ ਸ਼ੁਕਰ ਵਾਹਿਗੁਰੂ ਜੀ ਦਾ ਅਤੇ ਥੈਂਕ ਯੂ ਤੁਹਾਡਾ ਜੋ ਇਹ ਉਦਮ ਕੀਤਾ ਜਾ ਰਿਹਾ। ਅੱਜ ਹਰ ਕੋਈ ਕਹਿੰਦਾ ਹੈ ਕਿ ਗੁਰਬਾਣੀ ਦੇ ਉਪਦੇਸ਼ ਘਰ ਘਰ ਤੱਕ ਪਹੁੰਚਣੇ ਚਾਹੀਦੇ ਨੇ ਜੀ, ਚਰਚਾ ਕਰਨੀ ਉੱਥੋਂ ਤੱਕ ਰਹਿ ਜਾਂਦੀ ਹੈ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਪਰ ਕਰੀਏ ਕੀ? ਰਾਈਟ। ਸ਼ੁਕਰ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਇਹ ਸੇਵਾ ਬਖਸ਼ੀ। ਲਾਸਟ ਵੀਕ ਆਪਾਂ ਵਿਚਾਰ ਰਹੇ ਸੀ ਜਪਜੀ ਸਾਹਿਬ ਜੀ ਦਾ ਪਹਿਲਾ ਪਦਾ ਜੀ, ਉਸ ਵਿੱਚ ਜਿਹੜੀਆਂ ਚਾਰ ਚੀਜ਼ਾਂ ਦੇ ਆਪਾਂ ਵੱਖ ਵੱਖ ਐਂਗਲ ਤੋਂ ਵਿਚਾਰੀਆਂ ਸਨ। ਇੱਕ ਸੀ ਸੁੱਚ, ਅੰਦਰਲੀ ਸੁੱਚ ਪਿਓਰਿਟੀ ਜੀ, ਦੂਸਰਾ ਸੀ ਚੁੱਪ ਅੰਦਰੋਂ ਸਾਇਲੈਂਟ, ਤੀਸਰਾ ਸੀ ਭੁੱਖ ਐਕਸਪੈਕਟੇਸ਼ਨਸ, ਚੌਥਾ ਸੀ ਅੰਦਰਲੀ ਸਿਆਣਪ। ਹੁਣ ਇਸ ਪਦੇ ਨੂੰ ਆਪਾਂ ਇੱਕ ਵਾਰੀ ਉਹਨਾਂ ਚਾਰਾਂ ਪੰਕਤੀਆਂ ਵਿੱਚੋਂ ਦੀ ਫਿਰ ਲੰਘੀਏ। ਕੋਨਸੈਪਟ ਇਹ ਹੈ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਨਿਜ਼ਮ ਬਣਾ ਦਿੱਤਾ, ਉਸ ਨਿਜ਼ਮ ਵਿੱਚ ਪੋਜ਼ਿਟਿਵ ਨੈਗੇਟਿਵ ਦੋਨੋਂ ਪੱਖ ਰੱਖ ਦਿੱਤੇ ਨੇ। ਅੰਦਰ ਨਿਮਰਤਾ ਵੀ ਹੋ ਸਕਦੀ ਹੈ, ਅੰਦਰ ਹੰਕਾਰ ਵੀ ਹੋ ਸਕਦਾ ਜੀ। ਮਨ ਨਿਮਰਤਾ ਵਿੱਚੋਂ ਦੀ ਜਾਏਗਾ ਤਾਂ ਤੇਰੇ 'ਤੇ ਰੱਬ ਦਾ ਆਹ ਨਿਜ਼ਮ ਲਾਗੂ ਹੋਏਗਾ ਜਿਹਦੇ 'ਚੋਂ ਤੈਨੂੰ ਬਖਸ਼ਿਸ਼ ਮਿਲਣੀ ਹੈ। ਹੰਕਾਰ ਵਾਲੇ ਪਾਸੇ ਮਨ ਜਾਏਗਾ ਤਾਂ ਆਹ ਨਿਜ਼ਮ ਲਾਗੂ ਹੋਣਾ, ਤੈਨੂੰ ਦੁੱਖਾਂ ਦੀ ਪਨਿਸ਼ਮੈਂਟ ਮਿਲਣੀ ਹੈ। ਤਾਂ ਉਹਦੇ ਲਈ ਜੇ ਅਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਣਾਏ ਹੋਏ ਉਸ ਨਿਜ਼ਮ ਨੂੰ, ਜਿਹਨੂੰ ਇੱਥੇ ਹੁਕਮ ਸ਼ਬਦ ਵਰਤਿਆ, ਉਸ ਅਨੁਸਾਰ ਜੇ ਚੱਲਣਾ ਤਾਂ ਪਹਿਲਾਂ ਇੱਕ ਚਾਰ ਚੀਜ਼ਾਂ ਸਮਝ ਆ ਜਾਣੀਆਂ ਚਾਹੀਦੀਆਂ ਨੇ। ਪਹਿਲੀ ਗੱਲ ਕਿ ਸਰੀਰ ਦਾ ਇਸ਼ਨਾਨ ਕਰਨ ਦੇ ਫਿਜ਼ੀਕਲੀ ਫਾਇਦੇ ਹੋ ਸਕਦੇ ਨੇ, ਫਿਜ਼ੀਕਲੀ ਉਹਦੇ ਬੈਨੀਫਿਟਸ ਹੋ ਸਕਦੇ ਨੇ। ਸਾਈਕੋਲੋਜੀਕਲੀ ਜਿਹੜੀ ਮੈਲ ਹੈ, ਮਨ ਦੀ ਮੈਲ ਹੈ, ਉਹ ਹੈ ਮਨ ਦੀਆਂ ਆਦਤਾਂ ਜੀ। ਸਰੀਰ ਦੇ ਇਸ਼ਨਾਨ ਦਾ ਮਨ ਦੀਆਂ ਆਦਤਾਂ ਨੂੰ ਬਦਲਣ ਦੇ ਨਾਲ ਕੋਈ ਸੰਬੰਧ ਨਹੀਂ ਹੈ। ਉਹਦੇ ਲਈ ਮਨ ਦਾ ਇਸ਼ਨਾਨ ਗਾਵੀਏ ਸੁਣੀਏ, ਮਨ ਰੱਖੀਏ ਭਾਉ ਦੁੱਖ ਪਰ ਹਰ ਸੋ ਘਰ ਲੈ ਜਾਏ। ਸਿੱਖਿਆਵਾਂ ਨੂੰ ਸੁਣਨਾ, ਸਿੱਖਿਆਵਾਂ ਨੂੰ ਮੰਨਣਾ, ਜ਼ਿੰਦਗੀ 'ਚ ਜਿਉਣਾ, ਆਦਤਾਂ ਬਦਲਣਗੀਆਂ ਜੀ। ਉਸ ਲਈ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਲੱਖਾਂ ਵਾਰੀ ਇਸ਼ਨਾਨ ਕਰ ਲੈ ਪਰ ਤੇਰੀ ਅੰਦਰਲੀ ਸੋਚ ਦਾ ਇਹ ਸਲਿਊਸ਼ਨ ਨਹੀਂ ਹੈ ਜੀ। ਅੰਦਰਲੀ ਸੋਚ ਵਾਸਤੇ ਤੈਨੂੰ ਕੁਛ ਕਰਨਾ ਪਏਗਾ। ਜਿੰਨਾ ਚਿਰ ਮਨ ਮੈਲਾ ਹੈ, ਮਨ ਵਿੱਚ ਬੈਡ ਹੈਬਿਟਸ ਨੇ, ਤਾਂ ਉਹਦੇ ਹੁਕਮ ਅਨੁਸਾਰ ਉਹਦੀ ਰਜ਼ਾ ਵਿੱਚ ਨਹੀਂ ਚੱਲ ਸਕਦਾ, ਤੂੰ ਬਖਸ਼ਿਸ਼ ਨਹੀਂ ਮਿਲੇਗੀ। ਦੂਸਰਾ ਜਿਹੜਾ ਚੁੱਪ ਹੈ, ਜ਼ੁਬਾਨ ਦੀ ਚੁੱਪ, ਬਾਹਰੋਂ ਚੁੱਪ, ਭਾਵੇਂ ਲਗਾਤਾਰ ਜਿੰਨਾ ਚਿਰ ਮਰਜ਼ੀ ਰੱਖ ਲੈ, ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਜੀ। ਅੰਦਰਲੀ ਚੁੱਪ, ਸਾਹਮਣੇ ਜਿੱਥੇ ਨਸ਼ਾ ਕਰ ਰਹੇ ਨੇ ਲੋਕ, ਇੱਕ ਬੰਦਾ ਉੱਧਰ ਦੇਖਣਾ ਵੀ ਨਹੀਂ ਚਾਹੁੰਦਾ, ਉੱਧਰ ਜਾਣਾ ਵੀ ਨਹੀਂ ਚਾਹੁੰਦਾ, ਇਹਦਾ ਮਤਲਬ ਇਹਦਾ ਮਨ ਉੱਧਰਲੇ ਪਾਸੇ ਚੁੱਪ ਹੈ, ਉਸ ਤਰ੍ਹਾਂ ਦੇ ਵਿਚਾਰ ਨਹੀਂ ਉੱਠਦੇ। ਇੱਕ ਬੰਦੇ ਦਾ ਮਨ ਉਸ ਤਰ੍ਹਾਂ ਬੋਲਦਾ ਅਤੇ ਤਾਂਹੀਓ ਤਾਂ ਉੱਧਰ ਜਾਂਦਾ ਉਹ ਜੀ। ਉਸ ਮਨ ਦੀ ਚੁੱਪ ਦਾ ਜ਼ਬਾਨ ਦੀ ਚੁੱਪ ਨਾਲ ਕੋਈ ਸੰਬੰਧ ਨਹੀਂ ਹੈ। ਨੈਗੇਟਿਵ ਪਾਸੇ ਤੋਂ, ਵਿਕਾਰਾਂ ਵਾਲੇ ਪਾਸੇ ਤੋਂ ਇਸ ਮਨ ਨੂੰ ਹਟਣਾ ਪਵੇਗਾ, ਉਹ ਵਿਚਾਰ ਇਹਦੇ ਅੰਦਰ ਉੱਠਣੀ ਨਾ। ਇੱਕ ਚੀਜ਼ ਹੋਰ ਦੇਖਿਓ, ਆਪਣੇ ਘਰ ਵਿੱਚ ਕੋਈ ਗੈਸਟ ਆਉਂਦਾ ਹੈ ਜੀ, ਅਤੇ ਰੋਜ਼ਮਰ੍ਹਾ ਦੀ ਜਿਹੜੀ ਚੀਜ਼ ਹੈ, ਜਿਵੇਂ ਮੰਨ ਲਓ ਚਾਹ ਪੱਤੀ ਹੈ ਜਾਂ ਦੁੱਧ ਹੈ, ਉਹ ਮੁੱਕਿਆ ਹੋਇਆ, ਆਪਾਂ ਕਰਦੇ ਹੁਣ ਕੀ ਕਰੀਏ? ਕਹਿੰਦੇ ਦੇਖੋ ਕਿਤੇ ਤਾਂ ਪਿਆ ਹੋਊ,
ਉਹ ਲੱਭਿਆ ਕਿਸੇ ਇੱਕ ਥਾਂ 'ਤੇ ਪਿਆ ਸੀ ਤਾਂ ਅੱਜ ਅਸੀਂ ਵਰਤ ਲਿਆ। ਇਹਦਾ ਮਤਲਬ ਜਿਹੜੀ ਚੀਜ਼ ਘਰ ਪਈ ਹੁੰਦੀ ਹੈ ਉਹ ਵਰਤੀ ਜਾ ਸਕਦੀ ਹੈ। ਰਾਈਟ। ਜੇ ਸਾਡੇ ਅੰਦਰ ਹੰਕਾਰ ਦੇ ਵਿਚਾਰ ਪਏ ਨੇ, ਨਫ਼ਰਤ ਦੇ ਵਿਚਾਰ ਪਏ ਨੇ, ਲੋਭ ਲਾਲਚ ਕਾਮ ਵਾਸ਼ਨਾਵਾਂ ਦੇ ਵਿਚਾਰ ਪਏ ਨੇ, ਤਾਂ ਫਿਰ ਇੱਕ ਨਾ ਇੱਕ ਦਿਨ ਉਹ ਜ਼ਰੂਰ ਵਰਤੇ ਜਾਣਗੇ। ਠੀਕ। ਉਹਨਾਂ ਤੋਂ ਬਚਣਾ ਪਏਗਾ ਜੇ ਬਖਸ਼ਿਸ਼ ਲੈਣੀ ਹੈ। ਅਤੇ ਉਹ ਬਚਣਾ ਭਾਵ ਅੰਦਰ ਵਿਚਾਰ ਹੀ ਨਾ ਉੱਠਣ, ਉਹਦੇ ਲਈ ਮੈਂ ਵਿਸ਼ੇਸ਼ ਤੌਰ 'ਤੇ ਸਾਡੇ ਨੌਜਵਾਨ ਵੀਰਾਂ ਭੈਣਾਂ ਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ, ਬੱਚਿਆਂ ਨੂੰ ਵੀ, ਖਾਸ ਤੌਰ 'ਤੇ ਟੀਨੇਜ਼ਰਸ ਜੀ, ਐਸੇ ਗਾਣੇ ਸੁਣੋ ਹੀ ਨਾ ਜਿਹੜੇ ਅੰਦਰ ਕਾਮ ਵਾਸ਼ਨਾਵਾਂ ਪੈਦਾ ਕਰਦੇ ਨੇ। ਅੰਦਰ ਵਿਚਾਰ ਹੋਣਗੇ ਤਾਂ ਕਿਤੇ ਨਾ ਕਿਤੇ ਜ਼ਰੂਰ ਵਰਤੇ ਜਾਣਗੇ। ਐਸੀਆਂ ਵਿਚਾਰਾਂ ਡਿਸਕਸ ਕਰੋ ਹੀ ਨਾ ਜਿਹੜੀਆਂ ਹੰਕਾਰ ਪੈਦਾ ਕਰਦੀਆਂ ਨੇ ਬੱਚਿਆਂ ਦੇ ਸਾਹਮਣੇ। ਠੀਕ ਹੈ, ਵੱਡਾ ਘਰ ਬਣਾਉਣਾ, ਮੈਂ ਨਾ 10-20 ਹਜ਼ਾਰ ਘਰ ਖਰੀਦੇ ਜਾਣ, ਪਰ ਬੱਚਿਆਂ ਦੇ ਸਾਹਮਣੇ ਜੇ ਗੱਲਾਂ ਕਰਾਂਗੇ ਤਾਂ ਉਹਨਾਂ ਨੂੰ ਲੱਗਦਾ ਆਹੀ ਜ਼ਿੰਦਗੀ ਹੈ। ਰਾਈਟ। ਅਮੀਰੀ ਹੀ ਜ਼ਿੰਦਗੀ ਹੈ। ਤਾਂ ਉਸ ਵਿੱਚੋਂ ਵਿਖਾਵਾ ਹੰਕਾਰ ਪੈਦਾ ਹੋ ਸਕਦਾ, ਉਹਨਾਂ ਵਿਚਾਰਾਂ ਤੋਂ ਬਚਣਾ ਹੀ ਚੁੱਪ ਹੈ। ਬਲਕਿ ਇਹ ਜਿਹੜਾ ਪਲੱਸ ਉਹਦਾ ਤੁਸੀਂ ਪੁਆਇੰਟ ਰੇਜ਼ ਕੀਤਾ ਕਿ ਬੱਚਿਆਂ ਦੇ ਸਾਹਮਣੇ ਤੁਸੀਂ ਕੀ ਬੋਲ ਰਹੇ ਹੋ ਉਹਦਾ ਅਸਰ ਜਿਹੜਾ ਬੱਚਿਆਂ 'ਤੇ ਜਿਹੜਾ ਪੈ ਰਿਹਾ ਹੈ ਉਹ ਸ਼ਾਇਦ ਤੁਸੀਂ ਨਹੀਂ ਸਮਝ ਸਕਦੇ, ਲੇਕਿਨ ਬੱਚੇ ਇੰਪ੍ਰਿੰਟ ਹੋਈ ਜਾ ਰਹੇ ਉਹਨਾਂ ਦੇ ਦਿਮਾਗ ਵਿੱਚ ਜੋ ਕੁਛ ਘਰਾਂ 'ਚ ਚੱਲ ਰਿਹਾ। ਬਿਲਕੁਲ ਜੀ। ਹੁਣ ਅੱਜ ਸਾਡੇ ਸਮਾਜ ਦੇ ਵਿੱਚ ਜੇ ਸਮੱਸਿਆਵਾਂ ਆ ਰਹੀਆਂ ਨੇ ਡਰੱਗਸ ਦੀਆਂ, ਵਾਇਲੈਂਸ ਦੀਆਂ, ਤਾਂ ਉਹਦੇ 'ਚ ਬਹੁਤ ਵੱਡਾ ਇਹ ਰੋਲ ਰਿਹਾ ਕਿ ਅਸੀਂ ਘਰਾਂ ਦੇ ਵਿੱਚ ਜਾਂ ਤਾਂ ਸੱਤਾ ਦੀ ਗੱਲ ਜਾਂ ਮਾਇਆ ਦੀ ਗੱਲ ਜਾਂ ਇਹ ਕਿਸ ਤਰ੍ਹਾਂ ਅਸੀਂ ਇੱਕ ਦੂਸਰੇ ਤੋਂ ਉੱਤੇ ਜਾਣਾ, ਇਹੀ ਚੀਜ਼ਾਂ ਰਹੀਆਂ ਨੇ। ਸੋ ਸ਼ਾਇਦ ਉਹ ਬੱਚਿਆਂ ਦੇ ਦਿਮਾਗ ਵਿੱਚ ਗੱਲ ਬੈਠ ਜਾਂਦੀ ਹੈ ਕਿ ਐਂਡ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈਗਾ, ਮੀਨਸ ਜਿਹੜੇ ਨੇ ਉਹ ਭਾਵੇਂ ਜੋ ਮਰਜ਼ੀ ਕਰੋ। ਸੋ ਉਸ ਕਰਕੇ ਇਹ ਜੋ ਤੁਸੀਂ ਕਿਹਾ ਕਿ ਸਾਨੂੰ ਬਹੁਤ ਜ਼ਿਆਦਾ ਇਸ ਤੋਂ ਉੱਤੇ ਸਤਰਕ ਹੋਣਾ ਪਏਗਾ ਕਿ ਅਸੀਂ ਘਰ ਦੇ ਵਿੱਚ ਬੱਚਿਆਂ ਦੇ ਨਾਲ ਕਿਸ ਤਰੀਕੇ ਦਾ ਘਰ ਦੇ ਵਿੱਚ ਮਾਹੌਲ ਕ੍ਰੀਏਟ ਕੇ ਗੱਲਾਂ ਕਰ ਰਹੇ ਹਾਂ, ਭਾਵੇਂ ਅਸੀਂ ਸਮਝ ਰਹੇ ਉਹਦਾ ਅਸਰ ਨਹੀਂ ਹੋ ਰਿਹਾ, ਪਰ ਆਪਸ ਵਿੱਚ ਜੇ ਹਸਬੈਂਡ ਵਾਈਫ ਜਾਂ ਪਰਿਵਾਰ ਵਾਲੇ ਗੱਲ ਕਰ ਰਹੇ ਨੇ ਉਹਦਾ ਅਸਰ ਪੈ ਰਿਹਾ ਹੈ। ਇੱਕ ਇਹਨੂੰ ਹੋਰ ਦੇਖੋ ਜੀ, ਸਾਈਕੋਲੋਜੀਕਲੀ ਕੀ ਹੁੰਦਾ, ਬੰਦਾ 4 ਬੰਦਿਆਂ ਨੂੰ ਦੱਸ ਰਿਹਾ ਮੈਂ ਨਾ ਫਲਾਣੇ ਥਾਂ 'ਤੇ 2 ਲੋਟ ਲਈਆਂ ਜੀ, ਉਹ 'ਚੋਂ ਇੰਨਾ ਬੈਨੀਫਿਟ ਮਿਲਿਆ, ਉਹ 'ਚੋਂ ਮੈਂ ਆਹ ਕਰ ਲਿਆ। ਐਕਚੁਲੀ ਅੰਦਰ ਭਾਵਨਾ ਪਤਾ ਕੀ ਹੈ, ਇਹ ਦਿਖਾਉਣ ਦੀ ਕਿ ਮੈਂ ਅਮੀਰ ਹੋ ਗਿਆ ਉਹਦੇ ਨਾਲ। ਰਾਈਟ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਬੱਚੇ ਦੇ ਸਾਹਮਣੇ ਜਾਂਦੀਆਂ ਨੇ ਉਹਨੂੰ ਪਤਾ ਕੀ ਲੱਗਦਾ ਹੈ ਕਿ ਸ਼ਾਇਦ ਅਮੀਰੀ ਵਿੱਚੋਂ ਹੀ ਸੁੱਖ ਨਿਕਲਣਾ। ਆਮ ਤੌਰ 'ਤੇ ਮੈਂ ਇੱਕ ਗੱਲ ਕਹਿਣਾ ਜਿਹੜੀ ਇਸ ਵੇਲੇ ਵੀ ਮੈਂ ਇਸ ਐਪੀਸੋਡ ਦੇ ਥਰੂ ਕਹਿਣਾ ਚਾਹਾਂਗਾ ਜੀ, ਸਾਨੂੰ 14 ਸਾਲ ਦੀ ਉਮਰ ਤੋਂ ਪਹਿਲਾਂ ਬੱਚੇ ਨੂੰ ਇੱਕ ਗੱਲ ਸਿਖਾ ਦਈਏ, ਬੇਟੇ ਨੂੰ ਬੇਟੀ ਨੂੰ, ਪੈਸਾ ਪ੍ਰੋਪਰਟੀ ਸਟੇਟਸ ਜ਼ਿੰਦਗੀ ਨੂੰ ਸੌਖਾ ਕਰੇਗਾ, ਸੁਖੀ ਨਹੀਂ, ਖੁਸ਼ੀ ਨਹੀਂ ਲਿਆਏਗਾ, ਹੈ ਨਾ। ਇਹਦੇ ਨਾਲ ਆਨੰਦ ਦਾ ਸੰਬੰਧ ਨਹੀਂ ਹੈ, ਸੌਖਾ ਹੋ ਸਕਦਾ ਹੈ, ਈਜ਼ੀ ਲਾਈਫ ਹੋ ਸਕਦੀ ਹੈ, ਪਰ ਉਹ ਜਿਹੜਾ ਸੁੱਖ ਅਤੇ ਦੁੱਖ ਹੈ ਉਹ ਤਾਂ ਅੰਦਰ ਹੈ। ਤਾਂ ਇਹਨਾਂ ਵਿਚਾਰਾਂ ਤੋਂ ਬਚਣਾ, ਦੇਖੋ ਸੌਖਾ ਤਰੀਕਾ, ਮੈਂ ਨਾ ਜਿੰਨੀਆਂ ਮਰਜ਼ੀ ਇਨਵੈਸਟਮੈਂਟ ਕਰੀਏ ਅਸੀਂ ਉਹਦਾ ਸ਼ੁਕਰਾਨਾ ਕਰੀਏ, ਕਿਸੇ ਨੂੰ ਵਿਖਾਵਾ ਕਰਕੇ ਕੀ ਕਰਾਂਗੇ। ਬਿਲਕੁਲ। ਜਦੋਂ ਆਪਾਂ ਲੋਕਾਂ ਕੋਲ ਕਰਦੇ ਹਾਂ ਪਤਾ ਨਹੀਂ, ਅਤੇ ਮਨ ਦੇ ਅੰਦਰ ਇਹ ਭਰਮ ਹੁੰਦਾ ਹੈ ਕਿ ਮੈਂ ਜਦੋਂ ਦੱਸਾਂਗਾ ਨਾ ਅਤੇ ਇਹਨਾਂ 'ਤੇ ਮੇਰਾ ਇੱਕ ਇੰਪ੍ਰੈਸ਼ਨ ਬਣੇਗਾ, ਸੱਚ ਇਹ ਜੈਲਸ ਪੈਦਾ ਹੋ ਰਹੀ ਹੈ, ਮਨਾਂ ਦੀ ਖਾਰ ਪੈਦਾ ਹੋ ਰਹੀ ਹੈ। ਠੀਕ। ਅਤੇ ਗੁਰਬਾਣੀ ਨੇ ਸਾਨੂੰ ਸਿਖਾ ਦੇਣਾ, ਠੀਕ ਹੈ ਤੂੰ ਉੱਦਮ ਕਰ, ਮਿਹਨਤ ਕਰ, ਪਰ ਉਹਨਾਂ ਵਿਚਾਰਾਂ ਵਾਲੇ ਪਾਸੇ ਜਿਹੜੇ ਹੰਕਾਰ ਵਿਖਾਵੇ ਦੇ ਪੈਦਾ ਹੋਣਗੇ ਉਸ ਵਿਚਾਰ ਅੰਦਰ ਪੈਦਾ ਨਾ ਹੋਣ ਦੇ, ਇੰਸਟਾਲ ਨਾ ਕਰ ਅਤੇ ਉਹਨਾਂ ਵਿਚਾਰਾਂ ਨੂੰ ਡਿਸਕਸ ਨਾ ਕਰ। ਅਸਲੀ ਚੁੱਪ ਉਹ ਹੈ, ਅਤੇ ਨਹੀਂ ਤਾਂ ਤੇਰੀ ਜ਼ਬਾਨ ਦੀ ਚੁੱਪ ਨਾਲ ਚੁੱਪ ਹੈ ਚੁੱਪ ਨਾ ਹੋ ਬਈ ਜੇ ਲਾਏ ਰਹਾਂ ਲਿਵਤਾਰ। ਜਿੰਨਾ ਚਿਰ ਮਰਜ਼ੀ ਚੁੱਪ ਹੋ ਜਾਵੇ ਉਹ ਅੰਦਰਲੀ ਚੁੱਪ ਜਿਹੜੀ ਹੈ ਉਹ ਨਹੀਂ ਤੇਰੇ ਅੰਦਰ ਆਏਗੀ। ਜੀ। ਤੀਸਰਾ ਭੁੱਖ, ਐਕਸਪੈਕਟੇਸ਼ਨ। ਅਸੀਂ ਜੋ ਕੁਛ ਵੀ ਕਰਦੇ ਹਾਂ ਉਹਦੀਆਂ ਉਮੀਦਾਂ ਰੱਖਦੇ ਹਾਂ, ਆਹ ਕਰੀਏ, ਇਹ ਭੁੱਖ ਮਿਟੇਗੀ ਨਹੀਂ ਕਦੇ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੂਰੀਆਂ ਪਾਰ। ਕਾਰਨ, ਸਾਡੇ ਅੰਦਰ ਅਸਲੀ ਜਿਹੜੀ ਭੁੱਖ ਹੈ ਉਹ ਸਾਨੂੰ ਪਹਿਚਾਣ ਨਹੀਂ ਆਉਂਦੀ, ਉਹ ਭੁੱਖ ਹੈ ਸਾਡਾ ਵਾਹਿਗੁਰੂ ਜੀ ਦੀ ਯਾਦ ਤੋਂ ਵਿਛੜੇ ਹੋਏ ਹਾਂ ਅਸੀਂ। ਉਹ ਵਿਛੜਨ ਕਰਕੇ ਅੰਦਰ ਉਹ ਭੁੱਖ ਬੈਠੀ ਹੈ ਹਿਰਦੇ 'ਚ, ਸਾਨੂੰ ਪਤਾ ਨਹੀਂ ਜੀ। ਤੁਸੀਂ ਦੇਖੋ, ਇਹੀ ਕਾਰਨ ਹੈ ਜਿਹੜਾ ਬੰਦਾ ਭਾਵੇਂ ਉਹਨੂੰ ਗੁਰਬਾਣੀ ਬਿਲਕੁਲ ਨਹੀਂ ਸਮਝ ਆਉਂਦੀ, ਉਹਨੂੰ ਕੀਰਤਨ ਬਿਲਕੁਲ ਸਮਝ ਨਹੀਂ ਆਉਂਦਾ, ਉਹ ਬੰਦਾ ਜਦੋਂ ਸ਼੍ਰੀ ਦਰਬਾਰ ਸਾਹਿਬ ਜਾਂਦਾ ਹੈ ਉਹ ਕਹਿੰਦਾ ਜੋ ਮੈਨੂੰ ਸ਼ਾਂਤੀ ਇੱਥੋਂ ਮਿਲੀ ਨਾ ਕਿੱਥੋਂ ਨਹੀਂ ਮਿਲੀ ਜੀ। ਬੰਦਾ ਜਦੋਂ ਗੁਰਦੁਆਰਾ ਸਾਹਿਬ ਜਾਂਦਾ ਤਾਂ ਉਹਨੂੰ ਇੱਕ ਆਨੰਦ ਆਉਂਦਾ ਹੈ। ਆਨੰਦ ਇਹਦਾ ਮਤਲਬ ਉਹਦੇ ਮਨ ਅੰਦਰ ਹਿਰਦੇ ਵਿੱਚ ਇੱਕ ਭੁੱਖ ਬੈਠੀ ਹੈ ਇਸ ਆਨੰਦ ਦੀ, ਉਸ ਆਨੰਦ ਤੋਂ ਵਿਛੜਿਆ ਹੋਇਆ, ਅਤੇ ਉਹ ਆਨੰਦ ਜਿਹੜਾ ਵਾਹਿਗੁਰੂ ਜੀ ਦੀ ਯਾਦ ਵਿੱਚ ਉਹਦੇ ਸ਼ੁਕਰਾਨੇ ਵਿੱਚ ਆਉਂਦਾ। ਬਾਕੀ ਇਸ ਸਰੀਰ ਨੂੰ ਫਿਜ਼ੀਕਲੀ ਰੂਪ ਵਿੱਚ ਜੋ ਮੰਗਦਾ ਜੋ ਮਰਜ਼ੀ ਦੇਈ ਚੱਲੋ, ਇਹਦੇ ਨਾਲ ਉਹ ਭੁੱਖ ਨਹੀਂ ਮਿਟੇਗੀ। ਇਹਦਾ ਮਤਲਬ ਉਸ ਭੁੱਖ ਲਈ ਅਸੀਂ ਕਰਨਾ ਕੀ ਹੈ। ਇਹਨਾਂ ਚਾਰਾਂ ਗੱਲਾਂ ਦਾ ਸਲਿਊਸ਼ਨ ਲਾਸਟ ਪੰਕਤੀਆਂ ਵਿੱਚ ਸਤਿਗੁਰੂ ਜੀ ਦੇਣਗੇ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੂਰੀਆਂ ਭਾਰ, ਦੁਨੀਆਂ ਦਾ ਜੋ ਕੁਛ ਵੀ ਹੈ ਸਵਾਦ ਰਸ ਇਹਨੂੰ ਦੇਈ ਚੱਲੋ ਜੀ, ਇਹ ਨਾ ਤਾਂ ਭੁੱਖ ਮਿਟੇ ਅਤੇ ਨਾ ਇਹਦਾ ਉਸ ਭੁੱਖ ਨਾਲ ਸੰਬੰਧ ਹੈ। ਰਾਈਟ।
ਇਹੀ ਕਾਰਨ ਹੈ ਇੱਕ ਅਮੀਰ ਬੰਦਾ ਜਦੋਂ ਰੱਬ ਦੀ ਯਾਦ ਵਿੱਚ ਬੈਠਦਾ ਹੈ, ਜਦੋਂ ਉਹ ਗੁਰਬਾਣੀ ਦੇ ਆਨੰਦ ਵਿੱਚ ਆਉਂਦਾ ਹੈ, ਕਥਾ ਕੀਰਤਨ ਦੇ ਆਨੰਦ ਵਿੱਚ ਆਉਂਦਾ ਹੈ, ਅਤੇ ਉਹਦੇ ਅੰਦਰ ਇੱਕ ਸ਼ਾਂਤੀ ਆਉਂਦੀ ਹੈ. ਅਤੇ ਕਮਾਲ ਦੀ ਬਾਤ ਇਹ ਹੈ ਕਿ ਗਰੀਬ ਨੂੰ ਵੀ ਸ਼ਾਂਤੀ ਆਉਂਦੀ ਹੈ. ਰਾਈਟ. ਇਹ ਇੱਕ ਭੁੱਖ ਹੈਗੀ ਅੰਦਰ. ਚੌਥਾ ਹੈ ਸਿਆਣਪ. ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ. ਅਸੀਂ ਇਹ ਮੰਨਦੇ ਹਾਂ ਕਿ ਬੰਦਾ ਇੰਟੈਲੀਜੈਂਟ ਹੈ, ਇਹਨੂੰ ਸਭ ਕੁਛ ਪਤਾ ਹੈ, ਇਹਦੇ ਕੋਲ ਨੌਲੇਜ ਬਹੁਤ ਹੈ, ਇਹਨੂੰ ਦੁਨੀਆਂ ਦਾ ਸਭ ਕੁਛ ਪਤਾ ਹੈ. ਕੋਈ ਮਾਇਨੇ ਨਹੀਂ ਰੱਖਦਾ. ਮਨ ਨੂੰ ਮੈਨੇਜ ਕਰਨ ਦੀ ਸਿਆਣਪ ਕਿੰਨੀ ਕੁ ਹੈ ਜੀ? ਆਪਾਂ ਦੇਖਦੇ ਹਾਂ, ਰਿਸ਼ਤਾ ਬਣਾ ਲੈਣਾ ਬੜਾ ਸੌਖਾ ਹੈ, ਨਿਭਾ ਲੈਣਾ ਬਹੁਤ ਔਖਾ ਹੈ ਨਾ. ਉਹਦੇ ਲਈ ਮਨ ਮੈਨੇਜ ਕਰਨਾ ਪਏਗਾ. ਰਿਸ਼ਤਾ ਨਿਭ ਗਿਆ ਤਾਂ ਅੰਦਰਲੀ ਸਿਆਣਪ ਹੈ ਜੀ. ਰਿਸ਼ਤਾ ਬਣ ਗਿਆ ਤਾਂ ਬਾਹਰਲੀਆਂ ਸਿਆਣਪਾਂ ਨੇ. ਅੱਜ ਰਿਸ਼ਤੇ ਬਣ ਰਹੇ ਨੇ, ਨਿਭ ਨਹੀਂ ਰਹੇ. ਉਹਦੇ 'ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੀ ਤੇਰੀ ਸਿਆਣਪ ਤੇਰੇ ਮਨ ਨੂੰ ਮੈਨੇਜ ਕਰਨ ਦੀ ਕਿੰਨੀ ਕੁ ਹੈ. ਰਾਈਟ. ਹੁਣ ਮਨ ਦੀਆਂ ਫੀਲਿੰਗਸ ਨੂੰ ਵੀ ਅਸੀਂ ਮੈਨੇਜ ਕਰਨਾ ਹੈ. ਕਈ ਵਾਰੀ ਅਸੀਂ ਫੀਲਿੰਗਸ ਨੂੰ ਮੈਨੇਜ ਨਾ ਕਰਨ ਕਰਕੇ ਅਸੀਂ ਇਤਨਾ ਉਲਝ ਜਾਂਦੇ ਹਾਂ, ਔਰ ਉਸ ਉਲਝਣ ਤਾਣੀ ਦੇ ਵਿੱਚ ਅਸੀਂ ਬਿਲਕੁਲ ਹੀ ਫਸ ਜਾਂਦੇ ਹਾਂ. ਐਬਸੋਲੂਟਲੀ. ਲੈਣ ਇੱਕ ਛੋਟੀ ਜਿਹੀ ਬ੍ਰੇਕ ਜੀ, ਕਿ ਕਿਸ ਤਰੀਕੇ ਨਾਲ ਗੁਰਬਾਣੀ ਦਾ ਸਹਾਰਾ ਲੈ ਕੇ ਅਸੀਂ ਆਪਣੇ ਜੀਵਨ ਦੇ ਵਿੱਚ ਇਹ ਚੀਜ਼ਾਂ ਨੂੰ ਲਾਗੂ ਕਰਨਾ ਹੈ, ਕਿਉਂਕਿ ਅਸਲ ਮਕਸਦ ਤਾਂ ਇਹੀ ਹੈ ਕਿ ਪਾਠ ਪੂਜਾ ਜੋ ਅਸੀਂ ਕਰਦੇ ਹਾਂ ਸ਼ਾਂਤੀ ਮਿਲੇ, ਉਸਦੇ ਨਾਲ ਸਾਡੇ ਜੀਵਨ ਦਾ ਇੱਕ ਜਿਹੜਾ ਸੋਚ ਹੈਗੀ ਉਸਦੇ ਵਿੱਚ ਇੱਕ ਡਿਫਰੈਂਸ ਆਵੇ, ਕਿਉਂਕਿ ਜੀਵਨ ਜਾਂਚ ਹੈ ਗੁਰਬਾਣੀ ਅਸੀਂ ਹਮੇਸ਼ਾ ਕਹਿੰਦੇ ਹਾਂ. ਸੋ ਆਪ ਜੀ ਤੋਂ ਹੋਰ ਜਾਣਕਾਰੀ ਲੈਂਦੇ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ. My name is Jeevan Bath, and I'd like to tell you why you should purchase your next vehicle from Sukhi Bath Motors. Sukhi Bath has been selling quality pre-owned vehicles for 37 years. All of our vehicles come with a certified inspection report, and history reports are available for all vehicles. All of our sales staff is fully licensed. We promise to give you the best customer service experience. Last but not least, we provide financing for everybody, regardless of your credit situation. Visit SukhiBathMotors.com today. ਬਿਲਡਰਸ ਨੂੰ ਗੁਰਗਿਆਨ ਸਮੁੰਦਰ ਸੀਰੀਜ਼ ਦੇ ਵਿੱਚ ਅਸੀਂ ਭਾਈ ਰਾਮ ਸਿੰਘ ਜੀ ਤੋਂ ਜਾਣਕਾਰੀ ਲੈ ਰਹੇ ਹਾਂ ਕਿ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਕਰਦੇ ਨੇ. ਪਾਠ ਅਸੀਂ ਰੋਜ਼ ਕਰਦੇ ਹਾਂ, ਪਰ ਕਈ ਵਾਰ ਇਹ ਹੁੰਦਾ ਕਿ ਸਾਨੂੰ ਸਿਰਫ ਇਹੀ ਸਾਡੀ ਦੌੜ ਹੁੰਦੀ ਕਿ ਅਸੀਂ ਪਾਠ ਮੁਕਾ ਲਈਏ, ਲੇਕਿਨ ਭਾਵੇਂ ਅਸੀਂ ਇੱਕ ਤੁੱਕ ਪੜ੍ਹੀਏ, ਇੱਕ ਲਾਈਨ ਪੜ੍ਹੀਏ, ਸਾਨੂੰ ਸਮਝ ਆਉਣੀ ਚਾਹੀਦੀ ਹੈ ਕਿ ਸਾਡਾ ਗੁਰੂ ਸਾਨੂੰ ਕੀ ਕਹਿ ਰਿਹਾ. ਇਸ ਉਦੇਸ਼ ਨਾਲ ਹੀ ਭਾਈ ਰਾਮ ਸਿੰਘ ਜੀ ਸਾਡੇ ਕੋਲ ਇੱਥੇ ਸਟੂਡੀਓ ਵਿੱਚ ਆ ਕੇ ਇਹ ਸਾਂਝ ਪਾ ਰਹੇ ਨੇ. ਸੋ ਬ੍ਰੇਕ ਤੋਂ ਪਹਿਲਾਂ ਆਓ, ਜਿਸ ਸਫ਼ਰ ਵਿੱਚ ਤੁਹਾਨੂੰ ਜੋੜਿਆ ਸੀ, ਮੁੜ ਤੋਂ ਹੋਰ ਜਾਣਕਾਰੀ ਲੈਂਦੇ ਹਾਂ ਭਾਈ ਰਾਮ ਸਿੰਘ ਜੀ ਤੋਂ. ਜੀ ਭਾਈ ਸਾਹਿਬ. ਹਾਂਜੀ. ਸੋ ਬ੍ਰੇਕ ਤੋਂ ਪਹਿਲਾਂ ਗੱਲ ਚੱਲ ਰਹੀ ਸੀ ਕਿ ਇਹ ਜੋ ਗੁਰੂ ਸਾਹਿਬ ਕਹਿ ਰਹੇ ਨੇ ਚੀਜ਼ਾਂ ਨੂੰ, ਇਹ ਅਸੀਂ ਅਪਣਾਉਣੀ ਆਣੇ, ਇਹ ਇਸ ਚੀਜ਼ 'ਤੇ ਤੁਸੀਂ ਫੋਕਸ ਕਰ ਰਹੇ ਸੀ. ਹਾਂਜੀ ਹਾਂਜੀ ਜੀ. ਥੈਂਕ ਯੂ ਵੀਨੀ. ਹੁਣ ਸਾਡੇ ਅੰਦਰ ਸਾਈਕੋਲੋਜੀਕਲੀ ਮਨ ਦੀ ਪਿਓਰਿਟੀ ਚਾਹੀਦੀ ਹੈ. ਰਾਈਟ. ਸੂਚਮਤਾ ਚਾਹੀਦੀ ਹੈ. ਸਾਨੂੰ ਆਪਣੀ ਅੰਦਰਲੀ ਉਹ ਭੁੱਖ ਪਹਿਚਾਣ ਸਕੀਏ ਜਿਸ ਭੁੱਖ ਦਾ ਸੰਬੰਧ ਆਨੰਦ ਨਾਲ ਹੈ, ਜਿਸ ਭੁੱਖ ਦਾ ਸੰਬੰਧ ਵਾਹਿਗੁਰੂ ਜੀ ਦੇ ਸ਼ੁਕਰਾਨੇ ਉਹਦੇ ਯਾਦ ਦੇ ਨਾਲ ਹੈ ਜੀ. ਅਸੀਂ ਇਹ ਪਹਿਚਾਣ ਸਕੀਏ ਕਿ ਅਸੀਂ ਉਹਨਾਂ ਜਿਹੜੇ ਪਾਸੇ ਨਹੀਂ ਜਾਣਾ ਚਾਹੀਦਾ ਉਸ ਪਾਸੇ ਦੇ ਵਿਚਾਰ ਹੀ ਇੰਸਟਾਲ ਨਾ ਕਰੀਏ, ਅੰਦਰ ਸੋਚ ਹੀ ਇੰਸਟਾਲ ਨਾ ਹੋਵੇ, ਜਾਂ ਸਾਡੇ ਅੰਦਰ ਵਿਚਾਰ ਸੋਚ ਨਾ ਉੱਠੇ ਜੀ. ਇਹ ਸਿੱਖੀਏ ਅਸੀਂ, ਅਤੇ ਸਾਡੇ ਅੰਦਰ ਉਹ ਸਿਆਣਪ ਹੋਵੇ ਜਿਹੜੀ ਅਸੀਂ ਆਪਣੇ ਆਪ ਨੂੰ ਮੈਨੇਜ ਕਰ ਸਕੀਏ. ਨਹੀਂ ਤਾਂ ਆਪਾਂ ਜਿਹੜੀ ਪੰਕਤੀ ਵਿਚਾਰ ਰਹੇ ਸੀ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ. ਜਦੋਂ ਦੁੱਖ ਆਉਂਦੇ ਨੇ, ਜ਼ਿੰਦਗੀ ਦੀਆਂ ਮੁਸੀਬਤਾਂ ਆਉਂਦੀਆਂ ਨੇ, ਤਾਂ ਉਹਦੀ ਐਜੂਕੇਸ਼ਨ, ਉਹਦਾ ਹੋਰ ਕੋਈ ਕਿਸੇ ਕੰਮ ਨਹੀਂ ਆਉਂਦਾ. ਬੰਦਾ ਵੱਡੇ ਤੋਂ ਵੱਡਾ ਬੰਦਾ ਤੜਫਦਾ, ਆਪਣੇ ਘਰ ਵਿੱਚ ਹੀ ਤੜਫਦਾ, ਹੈ ਨਾ ਜੀ. ਤਾਂ ਫਿਰ ਇਹਦਾ ਮਤਲਬ ਇਹ ਜਿਹੜੀਆਂ ਚਾਰ ਚੀਜ਼ਾਂ ਨੇ, ਜੇ ਅੰਦਰ ਸੋਚ ਦੀ ਲੋੜ ਹੈ, ਅੰਦਰ ਉਸ ਚੁੱਪ ਦੀ ਲੋੜ ਹੈ, ਅੰਦਰ ਉਸ ਭੁੱਖ ਦੀ ਲੋੜ ਹੈ, ਅੰਦਰ ਉਸ ਸਿਆਣਪ ਦੀ ਲੋੜ ਹੈ, ਇਹਦਾ ਮਤਲਬ ਅੰਦਰੋਂ ਕੂੜਿਆਰਾ ਹੈ. ਅੰਦਰ ਜਿਹੜਾ ਹੈ ਟਰੁੱਥਫੁੱਲ ਲਾਈਫ ਨਹੀਂ ਹੈ, ਅੰਦਰ ਇਹਦੇ ਉਹ ਸਚਿਆਰਾਪਣ ਨਹੀਂ ਹੈ. ਅਤੇ ਹੁਣ ਇਹ ਦੋ ਸਵਾਲ ਅੱਗੇ ਰੱਖੇ ਗਏ ਨੇ. ਜਪਜੀ ਸਾਹਿਬ ਵਿੱਚ ਚਾਰ ਸਵਾਲ ਨੇ ਜੀ, ਦੋ ਕੁਐਸਚਨ ਇੱਥੇ ਆਏ ਨੇ ਅਗਲੀ ਪੰਕਤੀ. ਪਹਿਲਾ ਕੁਐਸਚਨ, ਕਿਵ ਸਚਿਆਰਾ ਹੋਈ ਹੈ. ਟਰੁੱਥਫੁੱਲ ਲਾਈਫ ਦੀ ਅਸੀਂ ਗੱਲ ਕਰਦੇ ਹਾਂ, ਮੋਰਲ ਹਾਈ ਕਰੈਕਟਰ ਦੀ ਅਸੀਂ ਗੱਲ ਕਰਦੇ ਹਾਂ ਜੀ. ਅਸੀਂ ਫਿਜ਼ੀਕਲੀ ਡੀਡਸ ਦੇ ਨਾਲ ਜੋੜ ਕੇ ਇਸ ਨੂੰ ਦੇਖ ਰਹੇ ਹਾਂ, ਜਦਕਿ ਮੋਰਲ ਹਾਈ ਕਰੈਕਟਰ ਦਾ ਸੰਬੰਧ ਵਿਚਾਰ, ਸੋਚ, ਭਾਵਨਾਵਾਂ ਇਹਦੇ ਨਾਲ ਸੰਬੰਧਿਤ ਹੈ, ਇੰਟਰਨਲ ਲਾਈਫ 'ਤੇ. ਸਤਿਗੁਰੂ ਜੀ ਨੇ ਜਿਹੜਾ ਜ਼ਿਆਦਾ ਫੋਕਸ ਕੀਤਾ ਨਾ ਜੀ ਗੁਰਬਾਣੀ 'ਚ, ਉਹ ਕੀਤਾ ਗੁਰਮੁਖ ਸੁਭਾਅ. ਅੰਦਰੋਂ ਸੁਭਾਅ ਬਦਲ ਗਿਆ ਤਾਂ ਸਭ ਕੁਛ ਬਦਲ ਗਿਆ. ਤਾਂ ਕਿਵ ਸਚਿਆਰਾ ਹੋਈ ਹੈ, ਸਚਿਆਰਾ ਕਿਵੇਂ ਬਣਿਆ ਜਾਵੇ, ਇਹਨੂੰ ਆਪਾਂ ਨਾਮ ਦੇ ਸਕਦੇ ਹਾਂ ਸਚਿਆਰਾ ਮੀਨਸ ਗੁਰਮੁਖ ਸੁਭਾਅ ਕਿਵੇਂ ਬਣਿਆ ਜਾਵੇ. ਕਿਵ ਕੂੜਾ ਟੁੱਟਾ ਪਾਲ, ਉਹ ਜਿਹੜੀ
ਪਾਲ ਹੁੰਦਾ ਕੋਈ ਬੈਰੀਅਰ ਬੈਰੀਅਰ ਸਾਡਾ ਮਨ ਜਾਣਾ ਚਾਹੁੰਦਾ ਉੱਥੇ ਅਟਕ ਰਿਹਾ ਅੱਗੇ ਨਹੀਂ ਜਾ ਰਿਹਾ ਸਾਡੀ ਸੋਚ ਜਾਣਾ ਚਾਹੁੰਦੀ ਹੈ ਉੱਥੇ ਅਟਕ ਰਹੀ ਹੈ ਅੱਗੇ ਨਹੀਂ ਜਾ ਰਹੀ ਉਹ ਜਿਹੜਾ ਬੈਰੀਅਰ ਹੈ ਨਾ ਜੀ ਉਹ ਹੈ ਸਾਡੀਆਂ ਆਦਤਾਂ ਜੀ ਉਹ ਆਦਤਾਂ ਦਾ ਜਿਹੜਾ ਬੈਰੀਅਰ ਹੈ ਕਿਵੇਂ ਟੁੱਟੇ ਅੱਛਾ ਉਹਦੇ ਪਿੱਛੇ ਭਰਮ ਦਾ ਪੜਦਾ ਵੀ ਹੈ ਜਦੋਂ ਹੁਣ ਇੰਗਲਿਸ਼ ਟਰਾਂਸਲੇਸ਼ਨ ਇਹ ਦੇਖਣਗੇ ਸਾਡਾ ਯੂਥ ਦੇਖੇਗਾ ਤਾਂ ਉੱਥੇ ਵੀਲ ਆਫ ਇਲਿਊਸ਼ਨ ਲਿਖਿਆ ਹੋਇਆ ਭਰਮ ਦਾ ਪੜਦਾ ਭਰਮ ਦਾ ਪੜਦਾ ਕੀ ਹੈ ਹਰ ਬੰਦੇ ਨੂੰ ਲੱਗਦਾ ਜਿਹੜੀਆਂ ਮੇਰੀਆਂ ਆਦਤਾਂ ਨੇ ਨਾ ਆਈ ਐਮ ਆਲਵੇਜ਼ ਰਾਈਟ ਜੀ ਬਸ ਆਹ ਉਹਨੂੰ ਭਰਮ ਦਾ ਪੜਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੀਆਂ ਕਿਹੜੀਆਂ ਆਦਤਾਂ ਨੇ ਜਿਹੜੀਆਂ ਮੈਨੂੰ ਦੁੱਖ ਦਿੰਦੀਆਂ ਨੇ ਤਾਂ ਹੁਣ ਇਹ ਦੋ ਕੁਐਸਚਨ ਰੱਖ ਦਿੱਤੇ ਮੈਨੂੰ ਕਿਵੇਂ ਸਮਝ ਲੱਗੇ ਕਿ ਮੇਰੇ ਅੰਦਰ ਆਹ ਆਦਤਾਂ ਨਹੀਂ ਚਾਹੀਦੀਆਂ ਜੀ ਇੱਥੇ ਮੈਂ ਜ਼ਰੂਰ ਸਪਸ਼ਟ ਕਰਨਾ ਚਾਹਾਂਗਾ ਸਾਈਕੋਲੋਜੀਕਲੀ ਹੈਬਿਟਸ ਫਿਜ਼ੀਕਲੀ ਹੈਬਿਟਸ ਡਜ਼ਨਟ ਮੈਟਰ ਠੀਕ ਸਾਈਕੋਲੋਜੀਕਲੀ ਹੈਬਿਟ ਜੀ ਇੱਕ ਬੰਦਾ ਗੁਰੂ ਸਾਹਿਬ ਦੀ ਯਾਦ ਵਿੱਚ ਅਰਥਾਂ ਸਮੇਤ ਸਹਿਜ ਪਾਠ ਕਰਦਾ ਫਿਜ਼ੀਕਲੀ ਗੁਰਦੁਆਰਾ ਸਾਹਿਬ ਨਹੀਂ ਜਾ ਸਕਿਆ ਦੂਸਰਾ ਬੰਦਾ ਗੁਰਦੁਆਰਾ ਸਾਹਿਬ ਡੇਲੀ ਜਾਂਦਾ ਪਰ ਉੱਥੇ ਮਨ ਲਾ ਕੇ ਸੁਣ ਹੀ ਨਹੀਂ ਰਿਹਾ ਉਹ ਹੈ ਨਾ ਇਹਦਾ ਮਤਲਬ ਜ਼ਿਆਦਾ ਜਿਹੜਾ ਹੈ ਉਹ ਸਾਡੇ ਅੰਦਰਲਾ ਜਿਹੜਾ ਜੀਵਨ ਹੈ ਉਸਨੂੰ ਤਾਂ ਉਹ ਕਿਵੇਂ ਹੋਵੇ ਤਾਂ ਉਹਦਾ ਇੱਕ ਇਲਾਜ ਦੱਸਿਆ ਗਿਆ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇਹਨੂੰ ਆਪਾਂ ਸਮਝੀਏ ਜਦੋਂ ਕੋਈ ਵੀ ਬੰਦਾ ਕੋਈ ਵੀ ਚੀਜ਼ ਪੈਦਾ ਕਰਦਾ ਇੱਕ ਪੇਂਟਰ ਨੇ ਪੇਂਟਿੰਗ ਬਣਾਈ ਹੈ ਤਾਂ ਉਹਦੀ ਇੱਕ ਭਾਵਨਾ ਹੈ ਕਿ ਹਰ ਬੰਦਾ ਇਹਨੂੰ ਪਿਆਰ ਸਤਿਕਾਰ ਦੀ ਨਜ਼ਰ ਨਾਲ ਦੇਖੇ ਤਾਂ ਇਸ ਨੂੰ ਸੰਭਾਲ ਕੇ ਰੱਖੇ ਜਦੋਂ ਉਹਦੀ ਭਾਵਨਾ ਦੇ ਉਲਟ ਕੋਈ ਉਸ ਪੇਂਟਿੰਗ ਨੂੰ ਗਾਰਬੇਜ ਸੁੱਟ ਦੇਵੇ ਉਹ ਕਹੇ ਮੈਂ ਖਰੀਦੀ ਹੈ ਮੇਰੀ ਆਪਣੀ ਹੈ ਮੈਂ ਜਿੱਥੇ ਮਰਜ਼ੀ ਰੱਖਾਂ ਇਹਨੂੰ ਪਰ ਉਹ ਪੇਂਟਿੰਗ ਦੇ ਮਨ ਪੇਂਟਰ ਦੇ ਮਨ 'ਚ ਕੀ ਬੀਤੇਗੀ ਉਹਦੀ ਭਾਵਨਾ ਦੇ ਉਲਟ ਹੋ ਗਿਆ ਇਸੇ ਤਰ੍ਹਾਂ ਮਾਪੇ ਮਾਪੇ ਭਾਵੇਂ ਬੋਲ ਕੇ ਦੱਸਣ ਨਾ ਦੱਸਣ ਪਰ ਮੇਰਾ ਬੇਟਾ ਮੇਰੀ ਬੇਟੀ ਕਿਸ ਤਰ੍ਹਾਂ ਦਾ ਜੀਵਨ ਹੋਵੇ ਉਹਨਾਂ ਦੀ ਭਾਵਨਾ ਹੈ ਰੱਬ ਦੀ ਵੀ ਭਾਵਨਾ ਹੈ ਉਹਨੇ ਉਹ ਜੀਵ ਬਣਾਏ ਜਿਨ੍ਹਾਂ ਦੇ ਇੱਕ ਪੂੰਛ ਚਾਰ ਪੈਰ ਸਿੰਘ ਲਾ ਦਿੱਤੇ ਭਾਵਨਾ ਹੈ ਪਸ਼ੂ ਪੁਣੇ 'ਚ ਜਿਉਂਵੇਂ ਔਰ ਜਿਉਂਦੇ ਨੇ ਇੱਕ ਉਹ ਜੀਵ ਜਿਨ੍ਹਾਂ ਨੂੰ ਖੰਭ ਦੇ ਦਿੱਤੇ ਚੁੰਝ ਦੇ ਦਿੱਤੀ ਇਹ ਪੰਛੀ ਪੁਣੇ ਜਿਉਣ ਜਿਉਂਦੇ ਨੇ ਰਾਈਟ ਸਾਨੂੰ ਇਨਸਾਨ ਬਣਾ ਦਿੱਤਾ ਭਾਵਨਾ ਉਹਦੀ ਉਹਦੀ ਭਾਵਨਾ ਅਨੁਸਾਰ ਚੱਲਣਾ ਹੀ ਉਹਦਾ ਹੁਕਮ ਹੈ ਫਿਰ ਹੀ ਉਹ ਖੁਸ਼ ਹੋਏਗਾ ਰਜ਼ਾ ਅਤੇ ਹੁਕਮ ਰਜ਼ਾ ਹੀ ਚੱਲਣਾ ਨਾਨਕ ਲਿਖਿਆ ਨਾਲ ਸਾਡੀ ਜ਼ਿੰਦਗੀ ਦੇ ਨਾਲ ਨਾਲ ਚੱਲਦਾ ਹੈ ਹੁਣ ਇਸ ਹੁਕਮ ਪ੍ਰਤੀ ਦੋ ਗੱਲਾਂ ਹੋਰ ਲਿਖੀਆਂ ਗਈਆਂ ਨੇ ਇੱਕ ਤਾਂ ਕਿਹਾ ਗਿਆ ਕਿ ਫੁੱਲੀ ਡਿਸਕ੍ਰਾਈਬਡ ਨਹੀਂ ਹੋ ਸਕਦਾ ਕੈਨ ਨੋਟ ਬੀ ਫੁੱਲੀ ਡਿਸਕ੍ਰਾਈਬਡ ਹੁਕਮ ਨਾ ਕਹਿਆ ਜਾਈ ਇੱਕ ਅੱਗੇ ਜ਼ਿਕਰ ਆਏਗਾ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿਣ ਇਹਦਾ ਮਤਲਬ ਜਿੰਨਾ ਕੁ ਸਮਝ ਆ ਗਿਆ ਉਤਨਾ ਕੁ ਜਿਉਣਾ ਹੈ ਹੁਣ ਦੇਖੋ ਡਰਾਈਵਰ ਗੁੱਡ ਡਰਾਈਵਰ ਹੈ ਜ਼ਰੂਰੀ ਨਹੀਂ ਹੈ ਉਹਨੂੰ ਸਾਰੇ ਸਾਇੰਸ ਸਾਰੇ ਰੂਲਸ ਪਤਾ ਹੈ ਪਰ ਗੱਡੀ ਬਹੁਤ ਵਧੀਆ ਚਲਾਉਂਦਾ ਹੈ ਜਿੰਨੀ ਉਹਨੂੰ ਸਮਝ ਆ ਗਈ ਉਸਨੂੰ ਉਹ ਪ੍ਰੈਕਟੀਕਲ ਲਾਈਫ ਵਿੱਚ ਕਰ ਰਿਹਾ ਇਸੇ ਤਰ੍ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਉਸ ਨਿਜ਼ਮ ਨੂੰ ਸਮਝਣਾ ਉਹ ਨਿਜ਼ਮ ਹੈ ਕਿ ਉਹਨੂੰ ਡਿਟੇਲ ਵਿੱਚ ਅਗਲੀ ਪੌੜੀ ਵਿੱਚ ਦਿੱਤਾ ਗਿਆ ਉਹ ਜਿਹੜਾ ਵਾਹਿਗੁਰੂ ਜੀ ਦਾ ਨਿਜ਼ਮ ਹੈ ਉਹਦਾ ਪ੍ਰੋਸੈਸ ਕਿਵੇਂ ਚੱਲਦਾ ਹੈ ਉਹਦੀ ਵਰਕਿੰਗ ਕਿਵੇਂ ਹੈ ਇਹ ਅਗਲੀ ਪੌੜੀ ਵਿੱਚ ਸਤਿਗੁਰੂ ਜੀ ਦੱਸਣਗੇ ਉਸ ਤੋਂ ਬਾਅਦ ਉਸ ਹੁਕਮ ਨੂੰ ਸਮਝਣ ਦੇ ਲਈ ਪਹਿਲਾਂ ਕਿਸੇ ਨੇ ਐਕਸਪਲੇਨ ਕੀਤਾ ਹੋਏਗਾ ਅਸੀਂ ਐਕਸਪਲੇਨੇਸ਼ਨ ਨੂੰ ਪੜ੍ਹਾਂਗੇ ਜਾਂ ਐਕਸਪਲੇਨੇਸ਼ਨ ਨੂੰ ਸੁਣਾਂਗੇ ਜੀ ਤਾਂ ਉਹ ਵੱਖ ਵੱਖ ਲੋਕਾਂ ਨੇ ਉਹਨੂੰ ਕਿਵੇਂ ਐਕਸਪਲੇਨ ਕੀਤਾ ਇਹ ਉਸ ਤੋਂ ਅਗਲੀ ਪੌੜੀ ਦੇ ਵਿੱਚ ਜੀ ਇਹਦਾ ਮਤਲਬ ਜਦੋਂ ਸਟਾਰਟਿੰਗ 'ਤੇ ਲਿਖਿਆ ਗਿਆ ਜਪ ਜਪ ਇਜ਼ ਅ ਸਬਜੈਕਟ ਜਪ ਵੇ ਆਫ ਲਾਈਫ ਜ਼ਿੰਦਗੀ ਨੂੰ ਜਿਉਣਾ ਕਿਵੇਂ ਹੈ ਤਾਂ ਉਸ ਜ਼ਿੰਦਗੀ ਨੂੰ ਜਿਉਣ ਦੀ ਇੱਕ ਸਮਿਟਰੀ ਚੱਲ ਰਹੀ ਹੈ ਹਾਲੇ ਤਾਂ ਇਹ ਦੱਸਿਆ ਗਿਆ ਜੇ ਮੰਨ ਲਓ ਗੱਡੀ ਡਰਾਈਵ ਕਰਨੀ ਉਹਨੇ ਹੁਣ ਉਹਦਾ ਫੋਕਸ ਤਾਂ ਇਹ ਵੀ ਹੈਗਾ ਕਿ ਮੈਂ ਫਲਾਣੇ ਥਾਂ ਪਹੁੰਚਣਾ ਮੇਰੀ ਗੱਡੀ ਜਿਹੜੀ ਹੈ ਠੀਕ ਰਹੇ ਪਰ ਉਹਦਾ ਮੇਨ ਫੋਕਸ ਕੀ ਹੈ ਕਿ ਜਿਹੜੀਆਂ ਸੜਕਾਂ 'ਤੇ ਤੂੰ ਜਾ ਰਿਹਾ ਉਹ ਰੂਲਸ ਨੂੰ ਫੋਲੋ ਤੈਨੂੰ ਕਰਨਾ ਹੀ ਪਵੇਗਾ ਇਸੇ ਤਰ੍ਹਾਂ ਜ਼ਿੰਦਗੀ ਨੂੰ ਜਿਉਣ ਵਾਸਤੇ ਤਾਂ ਉਹ ਜ਼ਿੰਦਗੀ ਦੇ ਜਿਹੜੇ ਰੂਲਸ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਬਣਾਏ ਉਹਨਾਂ ਨੂੰ ਤੁਸੀਂ ਫੋਲੋ ਕਰਨਾ ਉਸ ਹੁਕਮ ਅਨੁਸਾਰ ਚੱਲਣ ਦੇ ਨਾਲ ਰੱਬ ਦੀ ਬਖਸ਼ਿਸ਼ ਵਾਹਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਹੋਏਗੀ ਹੁਣ ਉਹ ਜਿਹੜੀ ਵਾਹਿਗੁਰੂ ਜੀ ਦੀ ਖੁਸ਼ੀ ਹੈ ਜਿਹਨੂੰ ਆਪਾਂ ਬਖਸ਼ਿਸ਼ ਕਹਿੰਦੇ ਹਾਂ ਉਹਦਾ ਸੰਬੰਧ ਹੀ ਸਾਡੀ ਅੰਦਰਲੀ ਭੁੱਖ ਨਾਲ ਹੈ ਉਹਦਾ ਸੰਬੰਧ ਹੀ ਸਾਡੀ ਅੰਦਰਲੀ ਸਿਆਣਪ ਨਾਲ ਹੈ ਉਹਦਾ ਸੰਬੰਧ ਹੀ ਸਾਡੀ ਅੰਦਰਲੀ ਸੋਚ ਨਾਲ ਹੈ ਅਤੇ ਉਸੇ ਦਾ ਸੰਬੰਧ ਹੀ ਸਾਡੇ ਅੰਦਰਲੀ ਜਿਹੜੀ ਹੈ ਚੁੱਪ ਦੇ ਨਾਲ ਹੈ
ਹੁਣ ਉਸ ਹੁਕਮ ਨੂੰ ਜਦੋਂ ਦੱਸਣ ਦੀ ਗੱਲ ਕੀਤੀ ਗਈ, ਸ਼ੁਰੂਆਤ ਕੀਤੀ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਏ ਜੀ। ਆਕਾਰ ਫਿਜ਼ੀਕਲੀ ਫੋਰਮਸ, ਜਿਸ ਨੂੰ ਅੱਖਾਂ ਦੇਖ ਸਕਦੀਆਂ ਨੇ, ਆਕਾਰ ਬਣਦੇ ਨੇ। ਬਣਦੇ ਕਿਵੇਂ ਨੇ? ਉਹਦੇ ਨਿਜ਼ਮ ਵਿੱਚ ਬਣਦੇ ਨੇ। ਦੇਖੋ ਉਹਦੀ ਇੱਕ ਐਗਜ਼ਾਮਪਲ ਆਪਾਂ ਡਿਸਕਸ ਕਰਕੇ ਦੇਖੀਏ। ਘਰ ਬਣਦਾ ਜੀ, ਘਰ ਬਣਨ ਦੇ ਪਿੱਛੇ ਭਾਵਨਾ ਤਾਂ ਉਸਦੀ ਹੈ ਜਿਹੜਾ ਆਪਣੇ ਲਈ ਘਰ ਬਣਾ ਰਿਹਾ ਜੀ, ਭਾਵਨਾ ਉਸਦੀ ਹੈ ਨਾ। ਪਰ ਉਹ ਆਪ ਬਣਾ ਨਹੀਂ ਸਕਦਾ, ਤਾਂ ਵੱਖ ਵੱਖ ਟ੍ਰੇਡਰਸ ਆਉਣਗੇ, ਆਰਕੀਟੈਕਟ ਹੈ। ਆਰਕੀਟੈਕਟ ਦੇ ਅੰਦਰ ਰੱਬ ਦਾ ਇੱਕ ਨਿਜ਼ਮ ਚੱਲ ਰਿਹਾ, ਉਹਦੀਆਂ ਲੋੜਾਂ ਨੇ, ਉਹਦੀਆਂ ਲੋੜਾਂ ਨੇ, ਉਹਦੀ ਰੁਚੀ ਹੈ, ਉਹਦਾ ਐਕਸਪੀਰੀਅੰਸ ਹੈ ਜੀ। ਉਹਦੀਆਂ ਲੋੜਾਂ ਸਾਡੀਆਂ ਲੋੜਾਂ ਨਾਲ ਮੇਲ ਖਾ ਗਈਆਂ। ਸਾਨੂੰ ਘਰ ਚਾਹੀਦਾ, ਉਹਨੂੰ ਘਰ ਬਣਾਉਣ ਵਾਲਾ ਜਿਹੜਾ ਹੈ ਕਸਟਮਰ ਚਾਹੀਦਾ, ਹੁਣ ਉਹ ਮੇਲ ਖਾ ਗਈਆਂ ਅਤੇ ਦੋਨਾਂ ਅੰਦਰ ਇੱਕ ਨਿਜ਼ਮ ਚੱਲ ਰਿਹਾ, ਉਹਨੇ ਸਾਨੂੰ ਮੈਪ ਬਣਾ ਕੇ ਦਿੱਤਾ। ਉਹਦੂ ਬਾਅਦ ਫਰੇਮਰ ਆਉਂਦਾ ਹੈ, ਫਰੇਮਰ ਦੇ ਅੰਦਰ ਉਹ ਸਾਰਾ ਸਟਰਕਚਰ ਬਣਿਆ ਹੋਇਆ, ਉਹਨੇ ਅੰਦਰੋਂ ਉਹ ਸਾਰਾ ਬਾਹਰ ਦੇ ਦੇਣਾ। ਮਨੁੱਖ ਦੇ ਅੰਦਰ ਭਾਵਨਾਵਾਂ, ਉਹਦੀ ਸੋਚ, ਉਹਦਾ ਐਕਸਪੀਰੀਅੰਸ। ਤੁਹਾਡੀ ਜਿਹੜੀ ਭਾਵਨਾ ਮੇਰੇ ਕੰਮ ਦੇਗੀ, ਉਹ ਸਾਨੂੰ ਰਿਸ਼ਤਾ ਜੋੜ ਗਈ। ਰਾਈਟ, ਜਿਹੜੀ ਤੁਹਾਡੀ ਸੋਚ ਮੇਰੀ ਸੋਚ ਨਾਲ ਮੇਲ ਖਾ ਗਈ, ਉਹ ਆਪਸ ਵਿੱਚ ਰਿਸ਼ਤਾ ਜੋੜ ਗਈ। ਉਸਨੇ ਬਾਹਰ ਇੱਕ ਆਕਾਰ ਪੈਦਾ ਕਰ ਦਿੱਤਾ। ਜਿਹੜੇ ਜਿੰਨੇ ਵੀ ਆਕਾਰ ਬਣ ਰਹੇ ਨੇ, ਰੱਬ ਦੇ ਉਸ ਸਿਸਟਮ ਵਿੱਚ ਚੱਲ ਰਹੇ ਨੇ ਜਿਹੜਾ ਪ੍ਰੋਸੈਸ ਸਾਡੇ ਅੰਦਰ ਚੱਲਦਾ, ਨਾਨਕ ਲਿਖਿਆ ਨਾਲ, ਸਾਡੀ ਜ਼ਿੰਦਗੀ ਦੇ ਨਾਲ ਨਾਲ ਚੱਲਦਾ। ਇੱਕ ਚੀਜ਼ ਹੋਰ ਦੇਖਿਓ, ਮਾਤਾ ਪਿਤਾ ਦੇਖਦੇ ਨੇ ਕਿ ਬੱਚੇ ਦੀਆਂ ਆਦਤਾਂ ਥੋੜ੍ਹੀਆਂ ਜਿਹੀਆਂ ਵਿਗੜਦੀਆਂ ਲੱਗ ਰਹੀਆਂ ਨੇ, ਬੱਚਾ ਇਗਨੋਰ ਕਰਨ ਲੱਗ ਪਿਆ। ਇਹਦਾ ਮਤਲਬ ਫਰੈਂਡ ਸਰਕਲ ਦੇ ਵਿੱਚੋਂ ਇਹਦੀ ਸੋਚ ਸੁਭਾਅ ਦੇ ਵਿੱਚ ਇੱਕ ਵੱਖਰਾ ਆਕਾਰ ਪੈਦਾ ਹੋ ਗਿਆ, ਉਹ ਆਕਾਰ ਚੇਂਜ ਕਰਨਾ। ਹੁਣ ਉਹ ਆਕਾਰ ਚੇਂਜ ਕਰਨ ਵਾਸਤੇ ਉਹਨੂੰ ਟੀਚਿੰਗਸ ਦਿੱਤੀਆਂ ਜਾਂਦੀਆਂ ਨੇ, ਉਹਨੂੰ ਗੱਲਾਂ ਕਹੀਆਂ ਜਾਂਦੀਆਂ ਨੇ। ਜਿਉਂ ਜਿਉਂ ਅਸੀਂ ਗੱਲਾਂ ਕਹਿੰਦੇ ਹਾਂ, ਉਹਨੂੰ ਚੰਗੀਆਂ ਲੱਗਣਗੀਆਂ, ਤਾਂ ਉਹਦੇ ਸੁਭਾਅ ਵਿੱਚ ਇੱਕ ਨਵਾਂ ਸੁਭਾਅ ਦਾ ਮਹਿਲ ਉਸਰ ਜਾਏਗਾ ਜੀ, ਇੱਕ ਨਵੀਂ ਸੋਚ ਪੈਦਾ ਹੋ ਜਾਏਗੀ। ਫਿਰ ਉਹ ਕਹੇਗਾ ਵੀ, ਉਹਦੀ ਹਿਸਟਰੀ ਵੀ ਹੋਏਗੀ, ਉਹ ਦੱਸੇਗਾ ਵੀ 9ਵੀਂ 10ਵੀਂ ਦੇ ਵਿੱਚ ਨਾ ਮੈਂ ਭਟਕ ਗਿਆ ਸੀ। ਹੁਣ ਮੈਨੂੰ ਬਹੁਤ ਸਾਰੇ ਐਸੇ ਪਿਆਰੇ ਮਿਲਦੇ ਨੇ ਜਿਹੜੇ ਕਹਿੰਦੇ, ਭਾਈ ਸਾਹਿਬ ਜੀ, ਅਸੀਂ ਨਾ ਐਕਚੁਲੀ ਮੇਰੇ ਪਿਤਾ ਜੀ ਅੰਮ੍ਰਿਤਧਾਰੀ ਹੁੰਦੇ ਸੀ, ਮੇਰੇ ਪਿਤਾ ਜੀ ਬਾਣੀ ਪੜ੍ਹਦੇ ਹੁੰਦੇ ਸੀ, ਮੇਰੇ ਪਿਤਾ ਜੀ ਕੋਈ ਕਹਿੰਦਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਹੁੰਦੇ ਸੀ, ਸਾਡੇ ਜੀ ਜਵਾਨੀ 'ਚ ਫਿਰ ਐਸਾ ਆਇਆ ਜੀ ਉਸ ਤਰ੍ਹਾਂ ਦਾ, ਕੋਈ ਕਹਿੰਦਾ ਮਜਬੂਰੀ ਆਈ, ਕੋਈ ਕਹਿੰਦਾ ਜੀ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਅਤੇ ਮੈਂ ਕੇਸ ਕਟਾ ਲਏ। ਹੁਣ ਹੋਇਆ ਕੀ ਹੈ, ਉਹਦੇ ਅੰਦਰ ਇੱਕ ਸੁਭਾਅ ਦਾ, ਸੋਚ ਦਾ ਮਹਿਲ ਉਸਰ ਗਿਆ। ਉਦੋਂ ਬਾਅਦ ਉਸਨੂੰ ਇਹ ਮਨ ਨੂੰ ਚੋਟ ਲੱਗੀ, ਮਨਾ ਮੈਂ ਗਲਤ ਕੀਤਾ, ਫਿਰ ਬਦਲ ਗਿਆ। ਸੁਭਾਅ ਵੀ ਬਦਲਦਾ, ਨਵੇਂ ਆਕਾਰ ਬਣਦੇ ਨੇ, ਸੋਚ ਵੀ ਬਦਲਦੀ ਹੈ, ਨਵੇਂ ਆਕਾਰ ਬਣਦੇ ਨੇ, ਰਿਸ਼ਤੇ ਬਦਲਦੇ ਨੇ, ਨਵੇਂ ਆਕਾਰ ਬਣਦੇ ਨੇ। ਹੁਣ ਇੱਕ ਘਰ ਦੇ ਵਿੱਚ ਦੋ ਭਰਾਵਾਂ ਦੀ ਬਣਦੀ ਨਹੀਂ, ਬਾਹਰੋਂ ਤਾਂ ਘਰ ਉਹੀ ਹੈ ਜਿਹੜਾ 40 ਸਾਲ ਪਹਿਲਾਂ ਖਰੀਦਿਆ ਸੀ, ਪਰ ਅੰਦਰ ਬਹੁਤ ਕੁਛ ਬਦਲ ਗਿਆ। ਰੱਬ ਦਾ ਸਿਸਟਮ ਸਾਡੀਆਂ ਭਾਵਨਾਵਾਂ ਵਿੱਚ, ਸਾਡੀਆਂ ਸੋਚਾਂ ਦੇ ਵਿੱਚ ਇੱਕ ਐਸਾ ਚੱਲ ਰਿਹਾ, ਉਹਦੇ ਵਿੱਚੋਂ ਆਕਾਰ ਬਣਦੇ ਪਏ ਨੇ। ਹੁਣ ਕੋਈ ਕਵੇ ਵੀ ਉਹ ਕਿਵੇਂ ਵਰਕਿੰਗ ਕਰਦਾ ਹੁਕਮ, ਉਹਦਾ ਪ੍ਰੋਸੈਸ ਕਿਵੇਂ ਜਿਹੜਾ ਚੱਲ ਰਿਹਾ, ਉਹ ਅਸੀਂ ਨਹੀਂ ਦੱਸ ਸਕਦੇ, ਹੁਕਮ ਨਾ ਕਹਿਆ ਜਾਏ, ਉਹ ਫੁੱਲੀ ਡਿਸਕ੍ਰਾਈਬ ਨਹੀਂ ਹੋ ਸਕਦਾ। ਬਿਲਕੁਲ ਜੀ, ਇਸੀ ਸਫ਼ਰ ਨੂੰ ਅਸੀਂ ਅਗਲੇ ਹਫ਼ਤੇ ਕੰਟੀਨਿਊ ਰੱਖਾਂਗੇ, ਕਿਉਂਕਿ ਇਹ ਬਹੁਤ ਜ਼ਰੂਰੀ ਹੈ ਸਾਨੂੰ ਸਮਝ ਆਵੇ ਕਿ ਗੁਰੂ ਸਾਡਾ ਕਹਿ ਕੀ ਰਿਹਾ। ਹੁਕਮ ਦਾ ਕੋਨਸੈਪਟ ਜਦ ਤੱਕ ਸਮਝ ਨਹੀਂ ਆਉਂਦਾ ਤਦ ਤੱਕ ਅਸੀਂ ਭਟਕਦੇ ਰਹਿੰਦੇ ਹਾਂ। ਇਸ ਨੂੰ ਹੋਰ ਅਸੀਂ ਅਗਲੇ ਹਫ਼ਤੇ ਹੋਰ ਕੁਝ ਐਗਜ਼ਾਮਪਲਸ ਨਾਲ ਹੋਰ ਡਿਸਕ੍ਰਾਈਬ ਕਰਾਂਗੇ। ਤੁਹਾਡਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਨਾਲ ਹੀ ਕਰਦੇ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604-603-7575 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingshow@gmail.com। ਇਸ ਤੋਂ ਪਹਿਲਾਂ ਵੀ ਜਿਹੜੇ ਅਸੀਂ ਐਪੀਸੋਡਸ ਰਿਕਾਰਡ ਕੀਤੇ ਨੇ ਦੁਬਾਰਾ ਦੇਖਣਾ ਚਾਹੋ ਤਾਂ youtube.com/harpreetsingshow 'ਤੇ ਜਾ ਕੇ ਜਾਣਕਾਰੀ ਲੈ ਸਕਦੇ ਹੋ। ਇਸ ਤੋਂ ਇਲਾਵਾ ਭਾਈ ਸਾਹਿਬ ਦੀ ਜਿਹੜੀ ਵੈਬਸਾਈਟ ਹੈ sikhcommunity.net, ਉੱਥੇ ਜਾ ਕੇ ਇਹ ਸਾਰੇ ਐਪੀਸੋਡਸ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ। ਉਸ ਤੋਂ ਇਲਾਵਾ ਹੋਰ ਬਹੁਤ ਸਾਰਾ ਖਜ਼ਾਨਾ ਜਿਹੜਾ ਹੈਗਾ ਹੈ ਉੱਥੇ ਹੈਗਾ, ਉਹਦਾ ਲਾਭ ਲੈ ਸਕਦੇ ਹੋ। ਧੰਨਵਾਦ ਜੀ ਅਸੀਂ ਆਪਣੇ ਸਪੋਂਸਰ ਅਤੇ ਐਡਵਰਟਾਈਜ਼ਰਸ ਦੇ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ। ਇਸ ਪ੍ਰੋਗਰਾਮ ਨੂੰ ਨਿਰੰਤਰ ਅੱਗੇ ਚਲਾਉਣ ਵਾਸਤੇ ਤੁਹਾਡੇ ਸਹਿਯੋਗ ਦੀ ਲੋੜ ਹੈ। ਕੋਈ ਵੀ ਜਾਣਕਾਰੀ ਲੈਣੀ ਹੋਏ ਤਾਂ ਜ਼ਰੂਰ ਸੰਪਰਕ ਕਰਨਾ। ਇੱਥੇ ਹੀ ਕਰਦਾ ਪ੍ਰੋਗਰਾਮ ਦੀ ਸਮਾਪਤੀ, ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਗੁੱਡ ਬਾਏ।